ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਭਵਾਨੀਗੜ੍ਹ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਤੁਹਾਨੂੰ ਦੱਸ ਦਈਏ ਕਿ 2100 ਨਸ਼ੀਲੀਆਂ ਗੋਲੀਆਂ ਅਤੇ ਮੋਟਰਸਾਈਕਲ ਸਮੇਤ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। SHO ਗੁਰਦੀਪ ਸਿੰਘ ਸੰਧੂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਉਹਨਾਂ ਦੱਸਿਆ ਕਿ ਕਿਸੇ ਮੁਖਬਰੀ ਦੇ ਆਧਾਰ ਉੱਪਰ ਸਾਡੀ ਟੀਮ ਵੱਲੋਂ ਭਵਾਨੀਗੜ੍ਹ ਨਜ਼ਦੀਕੀ ਪਿੰਡ ਰੌਸ਼ਨਵਾਲਾ ਵਿਖੇ ਨਾਕਾਬੰਦੀ ਕੀਤੀ ਗਈ ਸੀ, ਜਿੱਥੇ ਕਿ ਇਹਨਾਂ 2 ਨੌਜਵਾਨਾਂ ਨੂੰ ਮੋਟਰਸਾਈਕਲ ਸਮੇਤ ਪੁਲਿਸ ਟੀਮ ਵੱਲੋਂ 2100 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਸਾਡੇ ਵੱਲੋਂ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਆਜ਼ਾਦ TV ਨਿਊਜ਼ ਦੇ ਲਈ ਭਵਾਨੀਗੜ੍ਹ ਤੋਂ ਲਵਲੀ ਕੌਸ਼ਲ ਦੀ ਰਿਪੋਰਟ। ਇਹ ਸਾਡੇ SSP ਸਾਹਿਬ ਸੰਗਰੂਰ ਸ਼੍ਰੀ ਵਿਵੇਕੀ ਸਿੰਘ ਸੋਨੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਅਸੀਂ ਨਾ ਨਸ਼ਿਆਂ ਦੇ ਅੰਗੇਜ਼ ਮੁਹਿੰਮ ਚਲਾਈ ਹੋਈ ਹੈ। ਤੁਹਾਨੂੰ ਪਤਾ ਹੈ ਵੀ ਆਲਰੇਡੀ ਅਸੀਂ ਕੰਮ ਕਰਦੇ ਰਹਿੰਦੇ ਹਾਂ ਅਤੇ ਸਾਨੂੰ ਇੱਕ ਮੁਖਬਰੀ ਮਿਲੀ ਸੀਗੀ ਵੀ ਜਿਹੜੇ 2 ਲੜਕੇ ਨੇਗੇ ਇਹ ਸਾਡੇ ਭਵਾਨੀਗੜ੍ਹ ਦੇ ਏਰੀਏ ਦੇ ਵਿੱਚ ਨਸ਼ਾ ਸਪਲਾਈ ਕਰਦੇ ਨੇ, ਤਾਂ ਮੁਖਬਰੀ ਦੇ ਆਧਾਰ 'ਤੇ ਸਾਡੀ ਟੀਮ ਵੱਲੋਂ ਰੋਸ਼ਨ ਵਾਲੇ ਤੋਰਾਂ ਨਾਕਾਬੰਦੀ ਕੀਤੀ ਹੋਈ ਸੀ। ਕੱਚਾ ਪਹਿਆ ਜਾਂਦਾ ਹੈਗਾ ਮੇਨ ਰੋਡ ਤੋਂ ਸੁਨਾਮ ਵਾਲੀ ਸੜਕ 'ਤੇ ਚੜ੍ਹਦਾ ਹੈਗਾ, ਉੱਥੇ ਨਾਕਾਬੰਦੀ ਕੀਤੀ ਸੀਗੀ। ਉੱਥੇ ਨਾਕਾਬੰਦੀ ਦੌਰਾਨ ਸਾਨੂੰ ਇਹ 2 ਨੌਜਵਾਨ ਮਿਲੇ ਨੇ, ਇੱਕ ਦਿਲਪ੍ਰੀਤ ਹੈਗਾ, ਦਿਲਪ੍ਰੀਤ ਜਿਹੜਾ ਹੈਗਾ ਇਹ ਢੰਡੋਲੀ ਦਾ ਹੈਗਾ ਥਾਣਾ ਦਿੜਬਾ, ਅਤੇ ਦੂਜਾ ਨੌਜਵਾਨ ਹੈਗਾ ਪ੍ਰਦੀਪ ਹੈਗਾ ਸੂਲਰ ਦਾ, ਦੋਨੋਂ ਥਾਣਾ ਦਿੜਬੇ ਦੇ ਨੇਗੇ। ਇਹਨਾਂ ਕੋਲੋਂ ਰਾਤ 2100 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਨੇ ਅਤੇ ਇੱਕ ਮੋਟਰਸਾਈਕਲ 'ਤੇ ਸੀਗੇ ਬੇਸਬਿੱਧ ਮੋਟਰਸਾਈਕਲ, 2100 ਗੋਲੀਆਂ। ਦੋਨਾਂ ਨੌਜਵਾਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ, ਇਹਨਾਂ ਕੋਲ ਰਿਕਵਰੀ ਹੋ ਗਈ ਹੈ ਜੀ। ਇਹਨਾਂ ਦੇ ਖਿਲਾਫ਼ ਮੁਕੱਦਮਾ ਨੰਬਰ 52 ਮਿਤੀ 30/3/21 NDPS ਐਕਟ ਦੇ ਅਧੀਨ ਦਰਜ ਕੀਤਾ ਜੀ, ਅਤੇ ਅੱਜ ਇਹਨਾਂ ਨੂੰ ਮਾਣਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ। ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਵਾਂਗੇ, ਅੱਗੋਂ ਤਫਤੀਸ਼ ਕਰਾਂਗੇ ਕਿੱਥੋਂ ਲੈ ਕੇ ਆਉਂਦੇ ਨੇ, ਕਿਹਨਾਂ ਨੂੰ ਵੇਚਦੇ ਨੇ। ਇਸ ਤੋਂ ਪਹਿਲਾਂ ਵੀ ਅਸੀਂ ਇਸ ਮਹੀਨੇ ਦੇ ਵਿੱਚ ਹੀ 7-8 ਮੁਕੱਦਮੇ ਦਰਜ ਕੀਤੇ ਨੇ NDPS ਦੇ, ਜਿਸ ਦੇ ਵਿੱਚੋਂ ਵੱਖ ਵੱਖ ਥਾਵਾਂ 'ਤੇ ਵੱਖ ਵੱਖ ਸਮੇਂ ਰਿਕਵਰੀ ਹੋਈ ਹੈ ਜੀ, ਅਤੇ ਇਹ ਜਿਹੜੀ ਸਾਡੀ ਕਾਰਗੁਜ਼ਾਰੀ ਹੈਗੀ ਅੱਗੇ ਵੀ ਜਾਰੀ ਰਹੇਗੀ।